गढ़शंकर विच पए मीह कारण एक बार फिर तो गढ़शंकर नंगल रोड की सड़क ने छप्पड़दार रूप धारण कर लैण कारण राहगीरां लई परेशानी का कारण बन गई अते सरकार की कारगुजारी के सवालिया निशान खड़े कर दिते हन। दरअसल सब डिवीजन गढ़शंकर की चर्चा विच रहण वाली मुख सड़क गढ़शंकर नंगल रोड की तरसयोग हालत वाली सड़क कई कीमती जाना निकल चुकी है। भावें इस सड़क की रिपेयर करवाउण लई इस सड़क के एक पास्यो कम शुरू कर दिता है पर कम की रफ्तार तेज ना होने कारण अज भी लोग इस सड़क से सफर करके अपनी जान जोखम विच पा रहे हैं। लोगों ने मांग की है कि इस सड़क को जल्द ही बनवाया जाए ता जो लोगों की परेशानी का हल हो सके। ਭਾਜੀ ਇਹ ਸੜਕ ਹੈ ਨਹੀਂ ਹੈ, ਦੇਖੋ ਛੱਪੜ ਹੀ ਆ, ਕਿਉਂਕਿ ਇੰਨਾ ਦਾ ਛੱਪੜਾਂ 'ਚ ਵੀ ਪਾਣੀ ਹੈ ਨਹੀਂ ਇਸ ਟਾਈਮ ਜਿੱਦਾਂ ਇੱਥੇ ਸੜਕ 'ਤੇ ਆ, ਕਿਉਂਕਿ ਝੋਨਾ ਲਗਾਉਣ ਲਈ ਇੱਥੇ ਸਾਨੂੰ ਵਧੀਆ ਜਗ੍ਹਾ ਇਹ ਆ, ਵਧੀਆ ਫਸਲ ਹੋਏਗੀ ਜੇ ਝੋਨੇ ਦੀ ਤੁਸੀਂ ਲਗਾਓਗੇ, ਪਾਣੀ ਦੀ ਲੋੜ ਨਹੀਂ ਪੈਣੀ, ਪੂਰਾ ਸਾਲ ਤੁਹਾਨੂੰ ਜਾਣੀ ਕਿ 6 ਮਹੀਨੇ ਜਿੰਨਾ ਵਿੱਚ ਝੋਨਾ ਰਹਿੰਦਾ ਅਤੇ ਉਹ 2 ਸੂਬਿਆਂ ਨੂੰ ਸੜਕ ਜੋੜਦੀ ਆ, ਕਿਉਂਕਿ ਹਿਮਾਚਲ ਅਤੇ ਪੰਜਾਬ ਨੂੰ ਜੋੜਦੀ ਆ ਸੜਕ, ਫਿਰ ਵੀ ਇਹ ਸੜਕ ਦਾ ਇੰਨਾ ਬੁਰਾ ਹਾਲ ਆ। ਬਣਦੀ ਤਾਂ ਪਈ ਆ, ਅੱਗੇ ਅਸੀਂ ਮੰਨਦੇ ਹਾਂ ਕਿ ਅੱਗੇ ਸੜਕ ਬਣਦੀ ਹੈ ਪਰ ਲੇਟ ਹੋ ਗਏ, ਬਹੁਤ ਜ਼ਿਆਦਾ ਲੇਟ, ਕਿਉਂਕਿ ਇਹ ਨੌਕਰੀ ਤਾਂ ਨਹੀਂ ਆਉਣੀ ਚਾਹੀਦੀ, ਜੋ ਇਹ ਹਾਲਤ ਹੋਈ ਨਾ ਸੜਕ ਦਾ ਇਹ ਨਹੀਂ ਹੋਣਾ ਚਾਹੀਦਾ ਸੀਗਾ। ਅਸੀਂ ਤਾਂ ਸਰ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਕੋਈ ਹੋਰ ਰਸਤੇ 'ਤੇ ਜਾਇਆ ਕਰੋ, ਇਹ ਰਸਤਾ ਬਹੁਤ ਖਤਰਨਾਕ ਆ, ਕੋਈ ਵੀ ਹਾਦਸਾ ਤੁਹਾਡੇ ਨਾਲ ਵੱਡਾ ਹੋ ਸਕਦਾ। ਮੇਰੇ ਨਾਲ ਕਸ਼ਮੀਰ ਸਿੰਘ ਆ ਜੀ, ਬਹੁਤ ਬੁਰਾ ਹਾਲ ਆ ਜੀ, ਤੁਹਾਡੇ ਸਾਹਮਣੇ ਦਿਖ ਰਹੀ ਕਹਿੰਦੇ ਗਿਆ, ਇਹ ਸਰਕਾਰ ਨਵੀਂ ਬਣੀ ਕਿਆ ਮਿਲਿਆ ਸਾਨੂੰ ਫਾਇਦਾ, ਅਸੀਂ ਤਾਂ ਵੋਟਾਂ ਜਾਂ ਪਾਰਟੀ ਨੂੰ ਪਾਈਆਂ, ਕੋਈ ਫਾਇਦਾ ਨਹੀਂ ਮਿਲਿਆ ਸਾਨੂੰ। ਸਰਕਾਰ ਨੂੰ ਇਹ ਬੇਨਤੀ ਛੇਤੀ ਸੜਕ ਬਣਨੀ ਚਾਹੀਦੀ ਹੈ। ਸਾਹਮਣੇ ਹੀ ਹੈ ਜੀ ਸਭ ਹਾਲ, ਸਵੇਰੇ ਇੱਕ ਦੋਧੀ ਡਿੱਗਿਆ ਉਹ ਚੱਕਿਆ, 2-3 ਬੰਦੇ ਇੱਥੇ ਨਾਲੀਆਂ 'ਚ ਡਿੱਗੇ ਆ, हर तरह की खबर सब तो पहला वेखने लई सबसक्राइब करो चैनल काशी टीवी, हर अपडेट का संकेत मिलता रहे दबाओ बैल आइकन, लाइक करो फेसबुक पेज काशी टीवी।